ਲੁਧਿਆਣਾ ਪੁਲਿਸ ਨੇ ਇੱਕ ਆਦਮੀ ਨੂੰ ਕਾਬੂ ਕਰਕੇ ਉਸਦੇ ਕਬਜ਼ੇ 'ਚੋਂ ਇੱਕ ਐਕਟਿਵਾ, 10 ਮੋਬਾਈਲ ਫੋਨ, 3 ਜੋੜੇ ਸੋਨੇ ਦੀਆਂ ਵਾਲੀਆਂ ਅਤੇ 3 ਸੋਨੇ ਦੀ ਅੰਗੂਠੀਆਂ ਬਰਾਮਦ ਕੀਤੀਆਂ ਨੇ। ਪੁਲਿਸ ਮੁਤਾਬਕ ਆਰੋਪੀ ਰਾਮ ਤੀਰਥ ਉਰਫ ਹੈਪੀ ਨਿਵਾਸੀ ਖੰਨਾ ਨੂੰ ਇੱਕ ਗੁਪਤ ਸੂਚਨਾ ਦੇ ਆਧਾਰ ਤੇ ਲੁਧਿਆਣਾ ਤੋਂ ਕਾਬੂ ਕੀਤਾ ਗਿਆ, ਜੋ ਬੀਤੇ ਕੁਝ ਦਿਨਾਂ ਤੋਂ ਪਿੰਡ ਚਾਬੇਵਾਲ 'ਚ ਰਹਿ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਆਰੋਪੀ ਭੋਲੇ ਭਾਲੇ ਲੋਕਾਂ ਨੂੰ ਘੇਰ ਕੇ ਡਰਾ ਧਮਕਾ ਕੇ ਉਹਨਾਂ ਤੋਂ ਮੋਬਾਈਲ ਖੋਹ ਲੈਂਦਾ ਸੀ। ਇਹਦੇ ਵਿੱਚ ਸਾਡੇ ਏਡੀਸੀਪੀ ਕ੍ਰਾਈਮ ਜਗਤਪ੍ਰੀਤ ਜੀ, ਏਸੀਪੀ ਕ੍ਰਾਈਮ ਸ਼੍ਰੀ ਕੋਹਲੀ ਜੀ ਅਤੇ ਇੰਚਾਰਜ ਸੀ ਏਏ ਵਨ ਦੀ ਟੀਮ ਨੂੰ ਇੱਕ ਇਨਫੋਰਮੇਸ਼ਨ ਸੀਗੀ, ਅਤੇ ਜਦੋਂ ਇਨਫੋਰਮੇਸ਼ਨ ਦੇ ਆਧਾਰ 'ਤੇ ਇਹਨਾਂ ਨੇ ਜੈਨ ਦਾ ਠੇਕਾ ਚੌਂਕ ਹੈ ਇੱਕ ਡਾਬੇ ਏਰੀਏ ਵਿੱਚ, ਉੱਥੋਂ ਇੱਕ ਬੰਦਾ ਫੜਿਆ ਜਿਹਦਾ ਨਾਮ ਬਾਅਦ 'ਚੋਂ ਪਤਾ ਲੱਗਿਆ ਰਾਮ ਤੀਰਥ ਸੀਗਾ। ਇਹਦੇ 'ਤੇ ਜਦੋਂ ਡਿਟੇਲ 'ਚ ਇਹਦੀ ਕਸਟੋਡੀਅਲ ਇੰਟੈਰੋਗੇਸ਼ਨ ਹੋਈ ਅਤੇ ਇਹ ਇੱਕ ਸਾਡੇ ਡਿਵੀਜ਼ਨ ਨੰਬਰ 5 ਦਾ ਹੀ ਮੁਕੱਦਮਾ ਸੀਗਾ, ਜਿਹੜਾ ਇਹ ਪੁਲਿਸ ਕਸਟੱਡੀ ਦੇ ਖੰਨੇ ਪੁਲਿਸ ਦੀ ਕਸਟੱਡੀ ਤੋਂ ਇੱਥੋਂ ਭੱਜ ਗਿਆ ਸੀਗਾ। ਉਹ ਵੀ ਮੁਕੱਦਮਾ ਅੰਡਰ ਸੈਕਸ਼ਨ 224 ਦੇ ਵਿੱਚ ਦਰਜ ਹੈਗਾ। ਬਾਅਦ 'ਚ ਜਿਹਦੀ ਇਹਦੀ ਡਿਟੇਲ 'ਚ ਪੁੱਛਗਿੱਛ ਕੀਤੀ ਅਤੇ ਇਹਦੇ 'ਚ ਟੋਟਲ ਇਹਦੇ 'ਤੇ ਹਜੇ ਤੀਕਰ 17 ਮੁਕੱਦਮੇ ਦਰਜ ਹੋਏ ਆ, ਜਿਹੜੇ ਕੁਛ 'ਚ ਸਜ਼ਾ ਹੋ ਚੁੱਕਿਆ ਉਹ ਦੇਖਾਂਗੇ ਵੀ ਉਹਦੇ 'ਚ PO ਹੈ ਅਤੇ ਕੀ ਹੈ, ਅਤੇ ਕੁਛ ਅੰਡਰ ਇਨਵੈਸਟੀਗੇਸ਼ਨ ਹੈ ਜਿਵੇਂ ਖੰਨੇ ਜ਼ਿਲ੍ਹੇ ਦੇ ਆ, ਕੋਈ ਸੰਗਰੂਰ ਜ਼ਿਲ੍ਹੇ ਦੇ ਆ, ਕੁਛ ਸਾਡੇ ਲੁਧਿਆਣਾ ਕਮਿਸ਼ਨ ਦੇ ਆ। ਅਤੇ ਇੱਕ ਬੜਾ ਡੈਸਪਰੇਟ ਜਿਹਾ ਬੰਦਾ ਸੀਗਾ, ਇਹ ਤਾਂ ਪਹਿਲੇ ਇਹਦੇ 382 ਦੇ ਮੁਕੱਦਮੇ ਵੀ ਹੈ, ਕਈ ਕੇਸਾਂ ਦੇ ਵਿੱਚ ਇਹਨੇ ਇੱਦਾਂ ਦਾ ਕੀਤਾ ਕ੍ਰਾਈਮ ਵੀ ਜਿਵੇਂ ਦੇਖ ਲੈਂਦਾ ਸੀਗਾ ਵਿਆਹ ਦੀ ਐਡਸ ਜਿਵੇਂ ਆਉਂਦੀਆਂ ਲੜਕੀ ਵਾਲੇ ਵੱਲੋਂ ਜਾਂ ਲੜਕੇ ਵਾਲੇ ਵੱਲੋਂ, ਉੱਥੋਂ ਇਹ ਨੰਬਰ ਕਰਕੇ ਫੋਨ ਕਰਦਾ ਸੀ। ਜਦੋਂ ਇਹਨੂੰ ਪਤਾ ਲੱਗਦਾ ਸੀ ਗੱਲਬਾਤ ਤੋਂ ਵੀ ਕੋਈ ਏਜਡ ਬੰਦਾ ਘਰੇ ਹੈ, ਉਹ ਉੱਥੇ ਚਲੇ ਜਾਂਦਾ ਸੀਗਾ ਅਤੇ ਉਹਨਾਂ ਨੂੰ ਚਾਹ 'ਚ ਕੁਛ ਪਿਆ ਕੇ ਅਤੇ ਸਾਰਾ ਘਰ ਦਾ ਸਮਾਨ ਲੁੱਟ ਕੇ ਲੈ ਜਾਂਦਾ ਸੀ। ਹਜੇ ਤੀਕਰ ਇਹਦੇ ਕੋਲੋਂ 10 ਮੋਬਾਈਲ ਹੈ, ਜਿਹੜੀ ਇੱਕ ਖੋਹ ਦੀ ਐਕਟਿਵ ਹੈ ਉਹ ਰਿਕਵਰ ਹੋਈ ਹੈ, ਅਤੇ ਕੁਛ ਗੋਲਡ ਦਾ ਸਮਾਨ, ਬਾਕੀ ਪੇਸ਼ ਕਰਕੇ ਜੋ ਵੀ ਅਗਰ ਫਰਦਰ ਹੋਊਗਾ ਉਸ ਹਿਸਾਬ ਨਾਲ ਕਰ ਦਿੱਤਾ।